ਕੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਫੈਸਲਾ ਲਿਆ ਜਦੋਂ ਹੁਣ ਚੋਣਾਂ ਵਿੱਚ ਰਾਜਸੀ ਲੀਡਰ ਉਹਨਾਂ ਦੇ ਘਰਾਂ ਵਿੱਚ ਆਣਗੇ ਵੋਟਾਂ ਮੰਗਣ ਉਹਨਾਂ ਨੂੰ ਬਾਹਾਂ ਫੜ ਕੇ ਪੁੱਛਣਗੇ ਕਿ ਜਦੋਂ ਭਾਈ ਸਾਡੇ ਤੇ ਰੁਜ਼ਗਾਰ ਮੰਗਣਗੇ ਤੇ ਡਾਂਗਾ ਵਰਦੀਆਂ ਸਨ ਤਾਂ ਤੁਸੀਂ ਚੁੱਪ ਕਿਉਂ ਸੀਗੇ ਸੰਵਿਧਾਨ ਆ ਉਹਨੂੰ ਕਾਨੂੰਨੀ ਦਾਇਰੇ 'ਚ ਲਿਆਂਦਾ ਜਾਵੇ ਇਹ ਤਾਂ ਸਿਰਫ ਇੱਕ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਦਾ ਸਟੰਟ ਸੀ ਵੋਟਾਂ ਮੰਗਣ ਦਾ ਲੋਕਾਂ ਨੂੰ ਭਰਮਾਉਣ ਦਾ ਨਾਮਜ਼ਦਗੀਆਂ ਦੀ ਆਖਰੀ ਤਰੀਕ ਜਿਹੜੀ ਆ ਉਹ 1 ਫਰਵਰੀ ਆ ਤਾਂ ਕੀ ਕਿਸਾਨ ਉਦੋਂ ਤੱਕ ਆਪਣਾ ਚੋਣ ਨਿਸ਼ਾਨ ਲੈਣ ਲਈ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰ ਦੇਣਗੇ ਅਕਾਲੀ ਦਲ ਨੂੰ ਜਿਹੜਾ ਇੱਕੋ ਇੱਕ ਫਾਇਦਾ ਮੰਨਿਆ ਜਾ ਰਿਹਾ ਇਲੈਕਸ਼ਨ ਵਿੱਚ ਉਹ ਇਹ ਕਿ ਉਹਨਾਂ ਦਾ ਜਿਹੜਾ ਕੇਡਰ ਵੋਟ ਆ ਉਹ ਬੜਾ ਪੱਕਾ ਆ ਜਿਹੜੀ ਸੂਚੀ ਕੈਪਟਨ ਅਮਰਿੰਦਰ ਸਿੰਘ ਜਾਰੀ ਕੀਤੀ ਆ ਉਹ ਸੂਚੀ ਵਿੱਚ ਜਿੰਨੇ ਵੀ ਉਮੀਦਵਾਰ ਤਾਰੇ ਗਏ ਆ ਉਹਨਾਂ ਵਿੱਚ ਅਜਿਹਾ ਉਮੀਦਵਾਰ ਨਹੀਂ ਲੱਗਦਾ ਜਿਹੜਾ ਸੱਚਮੁੱਚੀ ਜਿੱਤ ਪ੍ਰਾਪਤ ਕਰ ਸਕੇ ਭਾਰਤੀ ਜਨਤਾ ਪਾਰਟੀ ਲਈ ਕੈਪਟਨ ਅਮਰਿੰਦਰ ਸਿੰਘ ਜਾਂ ਸੁਖਬੀਰ ਸਿੰਘ ਢੀਂਡਸਾ ਕਿਤੇ ਬੋਝ ਨਾ ਬਣ ਜਾਣ ਦ ਖਾਲਸ ਟੀਵੀ ਪਰਿਵਾਰ ਦੇ ਬਹੁਤ ਚਰਚਿਤ ਸ਼ੋਅ ਖਾਲਸ ਸਪੈਸ਼ਲ ਵਿੱਚ ਤੁਹਾਡਾ ਸਵਾਗਤ ਹੈ ਹੋਸਟ ਕਮਲਜੀਤ ਸਿੰਘ ਬਣਵਾਇ ਦੀ ਸਤਿ ਸ਼੍ਰੀ ਅਕਾਲ ਜੇਠ ਹਾੜ ਦੀਆਂ ਤਪਦੀਆਂ ਧੁੱਪਾਂ ਵਿੱਚ ਜੇ ਇੱਕ ਵੀ ਬੁੱਲਾ ਠੰਡੀ ਹਵਾ ਦਾ ਆ ਜਾਵੇ ਤਾਂ ਤੁਹਾਡੇ ਸੀਨੇ ਠੰਡ ਪੈ ਜਾਂਦੀ ਆ ਹੁਣ ਜਦੋਂ ਰਾਜਨੀਤੀ ਦਾ ਮੌਸਮ ਬੜਾ ਹੀ ਤਪਿਆ ਹੋਇਆ ਉਦੋਂ ਹਵਾ ਰੁਮਕਣ ਤਾਂ ਲੱਗੀ ਪਰ ਇੱਕ ਪਾਸਿਓਂ ਜਿਹੜਾ ਸੀਤ ਦਾ ਲਹਿਰ ਦਾ ਬੁੱਲਾ ਆ ਉਹ ਜ਼ਰੂਰ ਆਇਆ ਕੱਚੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਫੈਸਲਾ ਲਿਆ ਕਿ ਜਦੋਂ ਹੁਣ ਚੋਣਾਂ ਵਿੱਚ ਰਾਜਸੀ ਲੀਡਰ ਉਹਨਾਂ ਦੇ ਘਰਾਂ ਵਿੱਚ ਉਹਨਾਂ ਦੇ ਪਿੰਡਾਂ ਵਿੱਚ ਜਾਂ ਉਹਨਾਂ ਦੇ ਆਲੇ ਦੁਆਲੇ ਆਣਗੇ ਵੋਟਾਂ ਮੰਗਣ ਤਾਂ ਉਹਨਾਂ ਨੂੰ ਘੇਰਨਗੇ ਉਹ ਵਿਸ਼ੇਸ਼ ਕਰ ਕਾਂਗਰਸੀ ਉਮੀਦਵਾਰਾਂ ਨੂੰ ਪੁੱਛਣਗੇ ਕਿ ਜਦੋਂ 5 ਸਾਲ ਉਹਨਾਂ 'ਤੇ ਡੰਡੇ ਵਰਦੇ ਰਹੇ ਉਹਨਾਂ ਦੀਆਂ ਦਸਤਾਰਾਂ ਲਈਆਂ ਬੀਬੀਆਂ ਦੀਆਂ ਚੁੰਨੀਆਂ ਉਤਰੀਆਂ ਤਾਂ ਉਹ ਚੁੱਪ ਕਿਉਂ ਸਨ ਵੈਸੇ ਉਹਨਾਂ ਨੇ ਫੈਸਲਾ ਇਹ ਵੀ ਲਿਆ ਕਿ ਉਹ ਸਿਰਫ ਕਾਂਗਰਸੀ ਲੀਡਰਾਂ ਨੂੰ ਨਹੀਂ ਸਗੋਂ ਦੂਜੀ ਸਿਆਸੀ ਪਾਰਟੀਆਂ ਨੂੰ ਵੀ ਜਿਹੜੇ ਸਵਾਲ ਆ ਉਹ ਕਰਨਗੇ ਪੰਥ ਸਰਕਾਰ ਜਦੋਂ ਆਪ ਤਾਕਤ ਵਿੱਚ ਸੀ ਉਦੋਂ ਉਹਨਾਂ ਨੇ ਕਿਹੜਾ ਡੰਡੇ ਨਹੀਂ ਭਰਾਏ ਪੁਲਿਸ ਜਿਹੜੀ ਆ ਉਹ ਮਨਮਰਜ਼ੀਆਂ ਨਹੀਂ ਕਰਦੀ ਰਹੀ ਸੋ ਜੇ ਕੱਚੇ ਅਧਿਆਪਕਾਂ ਨੇ ਇਹ ਫੈਸਲਾ ਲਿਆ ਤਾਂ ਨਾਲ ਹੀ ਜਿਹੜੇ ਮੁਲਾਜ਼ਮ ਆ ਉਹ ਵੀ ਇਸ ਪਾਸੇ ਨੂੰ ਤੁਰਨ ਲੱਗੇ ਆ ਕਿ ਹੁਣ ਜਦੋਂ ਪਿੰਡਾਂ ਵਿੱਚ ਸਿਆਸੀ ਲੀਡਰ ਆਣਗੇ ਵਿਸ਼ੇਸ਼ ਕਰ ਕਾਂਗਰਸ ਦੇ ਉਮੀਦਵਾਰ ਤਾਂ ਉਹਨਾਂ ਨੂੰ ਬਾਹਾਂ ਫੜ ਕੇ ਪੁੱਛਣਗੇ ਕਿ ਜਦੋਂ ਭਾਈ ਸਾਡੇ 'ਤੇ ਰੁਜ਼ਗਾਰ ਮੰਗਣਗੇ ਅਤੇ ਡਾਂਗਾ ਵਰਦੀਆਂ ਸਨ ਤਾਂ ਤੁਸੀਂ ਚੁੱਪ ਕਿਉਂ ਸੀਗੇ ਤੁਸੀਂ 5 ਸਾਲ ਕਿੱਥੇ ਰਹੇ ਗੱਲ ਮੈਨੂੰ ਇੰਝ ਲੱਗਦਾ ਕਿ ਇਹ ਤੋਂ ਵੀ ਅੱਗੇ ਤੁਰਨੀ ਚਾਹੀਦੀ ਆ ਸਿਰਫ ਮੁਲਾਜ਼ਮਾਂ ਜਾਂ ਕੱਚੇ ਅਧਿਆਪਕਾਂ ਨੂੰ ਹੀ ਬਾਂਹ ਨਹੀਂ ਮਰੋਲਣੀ ਚਾਹੀਦੀ ਉਮੀਦਵਾਰਾਂ ਦੀ ਸਗੋਂ ਆਮ ਲੋਕ ਜਿਹੜੇ ਆ ਉਹ ਵੀ ਜਾਗਰੂਕ ਹੋਣ ਬੜੀ ਵਾਰ ਦਿਲ ਕਰਦਾ ਸੀ ਕਿ ਮੈਂ ਆਪਣੇ ਦਰਸ਼ਕਾਂ ਨੂੰ ਸੁਨੇਹਾ ਲਾ ਦਿਆਂ ਪਰ ਹੁਣ ਜਦੋਂ ਸਬੱਬ ਬਣਿਆ ਕੱਚੇ ਅਧਿਆਪਕਾਂ ਵਾਲਾ ਤਾਂ ਇੱਕ ਮੈਨੂੰ ਵੀ ਬਹਾਨਾ ਬਣ ਗਿਆ ਕਿ ਤੁਹਾਡਾ ਮੈਂ ਜਿਹੜੀ ਅੱਜ ਦਿਲ ਦੀ ਗੱਲ ਖੋਲ੍ਹ ਕੇ ਕਰ ਹੀ ਲਵਾਂ ਦਿਲ ਕਰਦਾ ਹੁੰਦਾ ਕਹਿਣ ਨੂੰ ਕਿ ਭਾਈ ਜਦੋਂ ਤੁਹਾਡੇ ਕੋਲ ਉਮੀਦਵਾਰ ਵੋਟਾਂ ਮੰਗਣ ਆਉਂਦੇ ਆ ਤਾਂ ਤੁਸੀਂ ਉਹਨਾਂ ਦੀਆਂ ਗਰੰਟੀਆਂ ਨਾ ਸੁਣੋ ਉਹਨਾਂ ਦੇ ਲਾਰਿਆਂ 'ਤੇ ਵਿਸ਼ਵਾਸ ਨਾ ਕਰੋ ਜਾਂ ਉਹਨਾਂ ਕੋਲੋਂ ਦਾਲ ਅਤੇ ਜਿਹੜਾ ਆਟਾ ਆ ਉਹ ਸਸਤਾ ਨਾ ਮੰਗੋ ਸਗੋਂ ਤੁਸੀਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਦੱਸੋ ਕਿ ਪੰਜਾਬ ਵਿੱਚ ਅਸੀਂ ਜਦੋਂ ਰਹਿ ਰਹੇ ਹਾਂ ਤਾਂ ਸਾਡੀ ਜਿਹੜੀ ਅਣਖ ਇੱਜ਼ਤ ਉਹਨੂੰ ਹੀ ਖਤਰਾ ਪੈ ਗਿਆ ਤਾਂ ਤੁਸੀਂ ਕੀ ਕਰਦੇ ਹੋ ਚਾਹੀਦਾ ਤਾਂ ਇੱਥੋਂ ਤਾਂ ਗੱਲ ਪਹੁੰਚ ਜਾਏ ਕਿ ਤੁਸੀਂ ਆਪਣਾ ਮੈਨੂਫੈਸਟੋ ਬਣਾ ਕੇ ਦਿਓ ਸਿਆਸੀ ਲੀਡਰ ਤੁਹਾਨੂੰ ਕਿਉਂ ਕਹਿਣ ਕਿ ਤੁਹਾਨੂੰ ਇਸ ਚੀਜ਼ ਦੀ ਲੋੜ ਹੈ ਅਸੀਂ ਆਹ ਦਿਆਂਗੇ ਤੁਸੀਂ ਦੱਸੋ ਕਿ ਜਿੰਨਾ ਸਾਨੂੰ ਤੁਸੀਂ ਰੋਲਿਆ ਉਹ ਸਾਡੀ ਇੱਜ਼ਤ ਬਹਾਲ ਕਰਨ ਲਈ ਸਾਡੇ ਲਈ ਤੁਸੀਂ ਕੀ ਕਰ ਰਹੇ ਹੋ ਗੱਲ ਇਸ ਵੇਲੇ ਇੱਥੇ ਆ ਕੇ ਖੜ੍ਹਨੀ ਚਾਹੀਦੀ ਆ ਕਿ ਤੁਸੀਂ ਸਿਆਸੀ ਲੀਡਰਾਂ ਨੂੰ ਇਹ ਦੱਸੋ ਕਿ ਭਾਈ ਸਾਨੂੰ ਘਰ ਘਰ ਰੁਜ਼ਗਾਰ ਚਾਹੀਦਾ ਸਾਡੇ ਬੱਚੇ ਜਿਹੜੇ ਆ ਉਹ ਬਾਹਰ ਜਾਣ ਤੋਂ ਰੋਕ ਲਓ ਨਸ਼ਿਆਂ ਦੇ ਜਿਹੜੇ ਦਰਿਆ ਵਹਿੰਦੇ ਆ ਉਹਨਾਂ ਨੂੰ ਬੰਨ ਲਾ ਦਿਉ ਜਾਂ ਫਿਰ ਜਿਹੜਾ ਆਪਾਂ ਹੋਰ ਸਾਡੀਆਂ ਐਡੀਆਂ ਵੱਡੀਆਂ ਵੱਡੀਆਂ ਜਿਹੜੀਆਂ ਸਮੱਸਿਆਵਾਂ ਬੇਅਦਬੀ ਦੀਆਂ ਉਹਨਾਂ ਨੂੰ ਰੋਕਣ ਲਈ ਤੁਸੀਂ ਕੀ ਕੀਤਾ ਘੱਟੋ ਘੱਟ ਹੁਣ ਤੁਸੀਂ ਉਹਨਾਂ ਕੋਲੋਂ ਇੱਕ ਸਮਾਂਬੱਧ ਹੀ ਵਾਅਦਾ ਲੈ ਲਵੋ ਕਿ ਜੋ ਕੁਛ ਤੁਸੀਂ ਅੱਜ ਕਹਿ ਚੱਲੇ ਹੋ ਜਾਂ ਜਿਹੜੀਆਂ ਸਾਡੀਆਂ ਮੰਗਾਂ ਤੁਸੀਂ ਸੁਣ ਚੱਲੇ ਹੋ ਉਹ ਕਿੰਨੇ ਸਮੇਂ ਵਿੱਚ ਪ੍ਰਵਾਨ ਕਰੋਗੇ ਵੈਸੇ ਗੱਲ ਤਾਂ ਪਿੱਛੇ ਇਹ ਵੀ ਉੱਠੀ ਸੀਗੀ ਕਿ ਜਿਹੜਾ ਸੰਵਿਧਾਨ ਆ ਉਹਨੂੰ ਕਾਨੂੰਨੀ ਦਾਇਰੇ 'ਚ ਲਿਆਂਦਾ ਜਾਵੇ ਇਹ ਤਾਂ ਸਿਰਫ ਇੱਕ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਦਾ ਸਟੰਟ ਸੀ ਵੋਟਾਂ ਮੰਗਣ ਦਾ ਲੋਕਾਂ ਨੂੰ ਭਰਮਾਉਣ ਦਾ ਪਰ ਜੇ ਨੀਅਤ ਸਾਫ਼ ਹੋਵੇ ਤਾਂ ਨਾ ਤਾਂ ਤੁਹਾਨੂੰ ਜਿਹੜੇ ਕਾਨੂੰਨੀ ਦਾਇਰੇ 'ਚ ਮੈਨੂਫੈਸਟੋ ਲਾਉਣ ਦੀ ਲੋੜ ਰਹਿੰਦੀ ਆ ਅਤੇ ਨਾ ਹੀ ਲੋਕ ਤੁਹਾਡੇ 'ਤੇ ਉੱਛਣ ਲੱਗ ਪੈਣ ਉਦੋਂ ਲੋੜ ਪੈਂਦੀ ਆ ਜੇ ਤੁਹਾਡੀ ਨੀਅਤ ਸਾਫ਼ ਹੋਵੇ ਦਿਲ ਤੁਹਾਡਾ ਕਰਦਾ ਹੋਵੇ ਕਿ ਅਸੀਂ ਸੱਚਮੁੱਚ ਹੀ ਰਾਜ ਨਹੀਂ ਸੇਵਾ ਕਰਨੀ ਆ ਤਾਂ ਇਹ ਸਾਰੇ ਕੁਝ ਦੀ ਨੌਬਤ ਨਹੀਂ ਆਉਂਦੀ ਪਰ ਇੱਕ ਗੱਲ ਤੋਂ ਅਗਲੀ ਮੈਂ ਗੱਲ ਇਹ ਕਹਿ ਦਾਂ ਕਿ ਜੇ ਕਿਤੇ ਕਿਸਾਨ ਲੀਡਰ ਜਿਵੇਂ ਉਹਨਾਂ ਨੇ ਦਿੱਲੀ ਫਤਿਹ ਕਰਨ ਲਈ ਪ੍ਰੈਸ਼ਰ ਗਰੁੱਪ ਬਣਾਇਆ ਸੀ ਦੇਸ਼ ਦੇ ਹੱਠੀ ਪ੍ਰਧਾਨ ਮੰਤਰੀ ਦੀ ਜਿਹੜੀ ਧੌਣੇ ਉਹ ਨੀਵੀਂ ਕੀਤੀ ਸੀਗੀ ਜੇ ਕਿਤੇ ਉਹੋ ਜਿਹਾ ਪ੍ਰੈਸ਼ਰ ਕਿਸਾਨ ਪੰਜਾਬ 'ਚ ਬਣਾ ਦਿੰਦੇ ਤਾਂ ਗੱਲ ਜਿਹੜੀ ਆ ਉਹ ਹੋਰ ਦੀ ਹੋਰ ਹੋ ਜਾਣੀ ਸੀਗੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਿਰਫ ਸੀਤ ਲਹਿਰ ਦੇ ਜਿਹੜੀਆਂ ਇੱਕ ਇੱਕ ਦਾ ਬੁੱਲਾ ਹੀ ਚੱਲਣ ਲੱਗਾ ਜੇ ਕਿਤੇ ਕਿਸਾਨ ਇੱਧਰ ਨੂੰ ਨਿੱਤਰ ਪੈਂਦੇ ਤਾਂ ਹਵਾ ਜਿਹੜੀ ਆ ਉਹ ਪੰਜਾਬ ਦੀ ਸ਼ਾਇਦ ਰੁਮਕਣ ਲੱਗ ਪੈਂਦੀ ਗੱਲ ਕਿਸਾਨਾਂ ਦੀ ਚੱਲੀ ਆ ਪਰ ਕਿਸਾਨ ਤਾਂ ਵਿਚਾਰੇ ਜਿਹੜੇ ਉਹ ਆਪ ਫਸੇ ਲੱਗਦੇ ਆ
क्योंकि भारतीय चोण कमिशन ने कह दिता कि उन्होंने जी मानता आ जो चोन निशान आने कई तरह रुकावट आ रही बहुत सारे सवाल खड़े आ किसानों ने जोड़ा एक एप्लीकेशन दी से अपनी मानता लिए चोन निशान लिए उत्ते कई तरह के ऑब्जेक्शन ला के जी भारतीय चोन कमिशन ने भेजते किसानों ने अपलाई किया अज तो कोई 15-20 दिन पहला पर 18 जनवरी ऑब्जेक्शन ला के चिट्ठी भेजती गई जिसे ये कहा गया कि जो कुछ उन्होंने फार्म लिखिया उस कई सारिया जड़िया खामिया रह गई इतों तक जी दफ्तर आदि शर्त भी नहीं पूरिया की गई किसान ने जोड़े कई सारे कॉलम आधूरे छड़ते सो हम जदों कल तो नामजदियां शुरू हो जाणियाँ तो नामजदियों की आखिरी तरीक जी पहली फरवरी आता कि किसान उदों तक अपना चोन निशान लैन लई सारिया फॉरमैलिटियां पूरिया कर देंगे हुण इत्थे एक जिहड़ा सियासी सवाल मेरे सामने आ खड़ता कि अरविंद केजरीवाल तो कहिंदे सन कि भारतीय जनता पार्टी किसानों की मदद कर रही है जां किसान जिहड़े उह भारतीय जनता पार्टी नूं जिताउण लई मदद कर रहे आ पर जे सचमुच अजिहा कुछ हुंदा तां गल इंज नूं नहीं सी तुरनी तो सारा कुछ जिहड़ा आ उह इक विच ही सारा कुछ हो जाणा सी पर क्योंकि सारा कुछ ते रोक लाती गई आ जां ऑब्जेक्शन लाते गए हुण अरविंद केजरीवाल का जिहड़ा बयान आ जां जिहड़ा इल्जाम आ उहदा कोई आपां नूं सह सरा जो नज़र नहीं आ रहा सो किसान जिहड़े आ वो आप भी इस वेले चाहे चोणां च नित्रे आ पर उन्हां दी वो जिहड़ी गल बननी चाहीदी सी वो बन नहीं रही एक उम्मीदवार वालों टिकट वापस मोड़ नाल जो कुछ आपां कह दईए कि धक्का लगा उहनूं सहजे कीते आपां लाइट च नहीं लै सकदे पर किसान फिर भी जिहड़े आ अगे नूं वध रहे आ पिछले दिनां तों बलवीर सिंह राजेवाल जिहड़ी चुप आ उहदे जिहड़े कई सारे सिट्टे आ वह निकल लगे आ हुण जिहड़ी आपां नूं गल करनी रह गई एक उह कि अकाली दल इस वेले पूरी सरगर्मी नाल अगे वध रहा अकाली दल नूं जिहड़ा इक्को एक फायदा मन्निया जा रहा इलैक्शनां विच उह इह कि उहनां दा जिहड़ा केडर वोट आ वह बड़ा पक्का आ गल भारतीय जनता पार्टी जां कैप्टन अमरिंदर सिंह ते सुखदेव सिंह ढींडसा दी भी करनी बनदी आ क्योंकि भारतीय जनता पार्टी वल्लों 35 टिकटां अनाउंस करतीआं गईआं उह 35 टिकटां विच कई सारे दिग्गज ने पर जिहड़ी सूची कैप्टन अमरिंदर सिंह ने जारी कीती आ उस सूची विच जिन्हें भी उम्मीदवार तारे गए आ उन्हां विच अजिहा उम्मीदवार नहीं लगता जिहड़ा सचमुच जित प्राप्त कर सके सगों मैनूं तां इंज लगण लग पिआ कि किते भारतीय जनता पार्टी दी अमरिंदर सिंह बोझ ना बन जावे जां सुखदेव सिंह ढींडसा हुणी जिहड़े उम्मीदवार उतारे आ उह भी आपां कह दईए कि काफ़ी जित दी आस नाल उतारे गए आ अजिही गल कोई नहीं लगती जिवें आपां पिछले दिन दी गल वी कीती सीगी कि भारतीय जनता पार्टी नूं लगण लग गया सी कि कैप्टन अमरिंदर सिंह ते सुखदेव सिंह ढींडसा दीआं लत्तां जिहड़ियां उह भार नहीं चल रहीआं ते हुण जिहड़ी गल उह तों वी अगे वधदी लगदी आ कि भारतीय जनता पार्टी लई कैप्टन अमरिंदर सिंह जां सुखदेव सिंह ढींडसा किते बोझ ना बण जाण पर भारतीय जनता पार्टी ने जिहड़ी एक शुरू कीती सी मुहिम कि कांग्रेस नूं भन्न के लियाओ उहनूं तां दित्ता रोक पर हुण भारतीय जनता पार्टी एक नवें निशाने वल चलण लगी आ समझिया जा रिहा कि भारतीय जनता पार्टी अते अकाली दल किसी वेले सरकार बनाउण लई इकट्ठे हो सकदे आ जे वोटां तों पहलां नहीं तां बाद विच तुसीं देखो अजे 2 दिन पहलां जिहड़ी दिल्ली विच इलैक्शन होई आ सिख गुरद्वारा प्रबंधक कमेटी दी उहदे विच की होया मनजिंदर सिंह सिरसा जिहड़े श्रोमणी अकाली दल नूं छड्ड के भारतीय जनता पार्टी च गए सीगे उहनां ने श्रोमणी अकाली दल दे उम्मीदवार नूं जिताउण लई पूरी टिल लाती हुण तुहाडे मन 'च वी सवाल पैदा हुंदा होणा कि की मनजिंदर सिंह सिरसा जिहड़े आ उह अपने दम ते जां अपने पद्धर फैसला लै के अकाली दल दी हैल्प कर सकदे आ नहीं हरगज नहीं इहदा मतलब इह कि किते ना किते भारतीय जनता पार्टी वल्लों उहनां नूं इह इशारा आ कि तुसीं जिहड़े अकाली दल नाल संबंध सुधारना शुरू करो जां नेड़ता शुरू करो किसी वेले तुहाडी विचोलगरी दी लोड़ पै सकदी आ क्योंकि भारतीय जनता पार्टी पंजाब ते कब्जा करन लई बहुत उतावली आ पर हाल दी घड़ी जिहो जिहा सिनैरियो बणिआ होइआ उहदे विच इह लगदा कि श्रोमणी अकाली दल नाल जिहड़ी पुराणी सांझ आ उह मुड़ जोड़े बिना एडा आसान नहीं हैगा ते आपां इहदे विच होर गल जिहड़ी साडे सूत्र कहिंदे आ कि कैप्टन अमरिंदर सिंह जां सुखदेव सिंह ढींडसा नूं भारतीय जनता पार्टी विच शामिल ना करन सगों उहनां नाल गठजोड़ करन दा वी इक जिहड़ा अंदरला राज इह आ कि जे कल नूं अकाली दल नाल मुड़ तों सांझ पैंदी होई तां दोहां नूं दरकिनार कीता जा सकदा भाव इह कि जिवें मैं पहलां कहा कि कैप्टन अमरिंदर सिंह दी लोक पंजाब लोक कांग्रेस जां फिर सुखदेव सिंह ढींडसे दी जिहड़ी श्रोमणी अकाली दल संयुक्त आ जे उहदे वल्लों कोई आस ना दिसदी होई तां भारतीय जनता पार्टी 2 तरह दी चालां चल सकदी आ एक तां इह कि जिहड़ी चाल उहनां ने अध अधूरी छड़ती इस वेले प्रधानमंत्री नरेंद्र मोदी दी फेरी तों बाद कि जो कुछ उहनां ने ढा लाउणी सी कांग्रेस नूं
वह लाने याद विचाले छड़ती। हुण भारतीय जनता पार्टी ये चाह रही है कि जे इस वेले स्ट्रैटजी रोकती जाए तो बेहतर होगा कि जदों चोणा हो जाएगियां उस चोणा वेले सरकार बनाउण तो पहला कांग्रेस या दूजे पार्टियां दे चुने हुए एम एल एज़ नूं भन्नण लई ईडी दीआं फाइलां जिहड़ियां आ मौके ते जाए खोलतीआं जाण। सो एक भारतीय जनता पार्टी कोले ईडी इहो जिहा हथियार है जिहड़ा किसे वेले भी वरत सकदा और किसे वेले भी ये किसे भी एम एल ए नूं जिहड़ा आ ओह ढाउण लई बड़ा कारगर सिद्ध हो रिहा। हुण आपां गल कर लईए इह कि क्योंकि हुण भारतीय जनता पार्टी इस वेले जिहड़ी स्पष्ट स्थिति है वह क्लीयर नज़र नहीं आ रही। सो इस करके उन्होंने हाल की घड़ी कांग्रसियों नूं भन्न के अपने विच रलाउण दा जिहड़ा स्ट्रैटजी आ वह रोक ली ते इस आस नाल कि जे लोड़ पई तां चोणां तों बाद भी अजिहा कीता जा सकदा। सो इस वेले आपां कह लईए कि भारतीय जनता पार्टी एक दाते आ पर जिहड़े भारतीय जनता पार्टी वल्लों उम्मीदवार तारे गए आ उन्हां विच्चों अध पचद्दे जिहड़े आ उह काफ़ी स्ट्रोंग आधार रखदे आ। इहदे उल्ट उन्हां दी भाईवाल पार्टियां जिहड़ियां आ उन्हां दे उम्मीदवार काफ़ी कमजोर आ। सो कुल मिला के जिहड़ा इस वेले सनैरियो बनदा नज़र आ रहा कि आम आदमी पार्टी भी इस वेले अपने आप में चाहे जिहड़े चोण सर्वे आ उन्हां नूं अगे दिखा रहे आ पर अपने आप में समर्था नहीं रखदी कि सरकार बना सके। तो कांग्रेस का भी जिहड़ा हाल आ वह एडा वधिया नहीं है जां आपां कह लईए कि कांग्रेस जिहड़ी आ अपने कलेस विच उलझी फिरदी आ। सो इहदे विच इस जदों स्थिति बनदी आ तो भारतीय जनता पार्टी कोल इक हल रह जांदा कि वह पुरानियां टुट्टियां जिहड़ियां आ वह मुड़ जोड़ लवे ते गल इस पासे नूं तुरदी भी लगदी आ। जिवें मैं तुहानूं दो उदाहरणां देके जिहड़ी आ दस्सिया कि मनजिंदर सिंह सिरसे दा अकाली दल दी हैल्प करना मदद करना हमायत करना दिल्ली विच ते दूजा इह कि भाजपा दा कैप्टन अमरिंदर सिंह जां संयुक्त जिहड़ा ढींडसे नाल सिर्फ ते सिर्फ गठजोड़ करना एक दूजे विच रलेवां ना करना इह दो बहुत बहुत वड्डे सबूत ने। हुण क्योंकि गल आपां चली आ आम आदमी पार्टी जां कांग्रेस दी आम आदमी पार्टी दे प्रधान जिहड़े अरविंद केजरीवाल आ इस वेले चिंतत आ कि उहनां दे कैबिनेट साथी जिहड़े सतिंदर जैन आ उहनां उत्ते ईडी रेड पै सकदी आ। इहनूं लै के दो तरहां दे विचार आ। एक तां इह कहा जांदा कि हुण जदों अरविंद केजरीवाल नूं इंज लगदा कि ईडी उहनां वल नूं जिहड़ा अपना हमले मूँह कर रही आ तां उह तड़फण लगे आ पर दूजे पासे उहनां दा जिहड़ा बयान आ बड़ा सॉलिड आ जिहदे विच उहनां ने इह कहा कि जे सतिंदर जैन दे जिहड़ी घरे ईडी आ जांदी आ तां उहदा स्वागत करनगे उह डरन वाले नहीं है उहनां कोल कुझ वी नहीं है। इहो जिहा जिहड़ी चुनौती आ जां इहो जिहे जिहड़े ललकारे आ ਉਹ ਭਗਵੰਤ ਮਾਨ ਵੀ ਮਾਰਦੇ ਰਹੇ ਆ ਕਿ ਈਡੀ ਤੋਂ ਡਰਦੇ ਨਹੀਂ ਜਦੋਂ ਮਰਜ਼ੀ ਉਹਨਾਂ ਦੇ ਘਰ ਆ ਜਾਣ ਉਹਨਾਂ ਨੇ ਕੁਝ ਜਿਹੜਾ ਬਣਾਇਆ ਹੀ ਕੁਝ ਨਹੀਂ ਹਾਲੇ। ਵੈਸੇ ਆਪਾਂ ਇਹ ਗੱਲ ਕਰ ਲਈਏ ਕਿ ਇਹਦੇ ਨਾਲ ਦੇ ਰਲਦੇ ਮਿਲਦੇ ਬਿਆਨ ਜਿਹੜੇ ਆ ਉਹ ਚਰਨ ਸਿੰਘ ਚੰਨੀ ਵੀ ਦਿੰਦੇ ਆ ਰਹੇ ਆ ਕਿ ਮੈਂ ਤਾਂ ਭਾਈ ਗਰੀਬ ਹਾਂ ਮੇਰੇ ਘਰੋਂ ਕੁਝ ਵੀ ਮਿਲਣ ਵਾਲਾ ਨਹੀਂ ਪਰ ਜਦੋਂ ਹੁਣ ਉਹਨਾਂ ਦੇ ਭਤੀਜੇ ਦੇ ਘਰੋਂ 10 ਕਰੋੜ ਨਕਦ ਮਿਲਿਆ ਤਾਂ ਉਹ ਬੜੀ ਬੁਰੀ ਤਰ੍ਹਾਂ ਘਰੇ ਹੋਏ ਆ। ਗੱਲ ਹੁਣ ਆਪਾਂ ਕਰ ਲਈਏ ਇੱਕ ਕਾਂਗਰਸ ਪਾਰਟੀ ਦੀ ਕਿ ਕਾਂਗਰਸ ਪਾਰਟੀ ਨੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਤੀ ਸੀ ਉਸ ਤੋਂ ਬਾਅਦ ਜਿਹੜੀ ਦੂਜੀ ਸੂਚੀ ਜਾਰੀ ਕਰਨੀ ਆ ਉਹਨੂੰ ਲੈ ਕੇ ਕਾਫੀ ਪੇਚਾ ਪਿਆ ਹੋਇਆ। ਪਤਾ ਇਹ ਲੱਗਾ ਕਿ ਜਦੋਂ 2 ਦਿਨ ਪਹਿਲਾਂ ਸੋਨੀਆ ਗਾਂਧੀ ਅਤੇ ਜਿਹੜੀ ਤਿੱਕੜੀ ਆ ਪੰਜਾਬ ਦੀ ਜਿਹਨਾਂ ਵਿੱਚ ਨਵਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਨਾਲ ਵਰਚੁਅਲ ਮੀਟਿੰਗ ਹੋਈ ਤਾਂ ਉਹਦੇ ਵਿੱਚ ਕਾਫੀ ਛਿੰਝ ਪਈ। ਪਤਾ ਇਹ ਲੱਗਾ ਕਿ 10 ਤੋਂ 11 ਉਮੀਦਵਾਰਾਂ ਨੂੰ ਲੈ ਕੇ ਕਾਫੀ ਜਿਹੜਾ ਟਕਰਾਅ ਹੋਇਆ। ਇਸ ਵਾਰ ਦੀ ਜਿਹੜੀ ਵਰਚੁਅਲ ਮੀਟਿੰਗ ਸੀ ਉਹਦੀ ਖਾਸੀਅਤ ਇਹ ਰਹੀ ਕਿ ਇਸ ਵਾਰ ਚਰਨਜੀਤ ਸਿੰਘ ਚੰਨੀ ਮੀਟਿੰਗ ਵਿੱਚ ਅਲੱਗ ਥਲੱਗ ਹੋ ਕੇ ਰਹਿ ਗਏ। ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸੁਰ ਆ ਉਹ ਕਾਫ ਚਾਫੀ ਮਿਲਦੀ ਜਿਹੀ ਲੱਗੀ। ਸਾਡੇ ਜਿਹੜਾ ਉੱਚ ਭਰੋਸੇ ਸੂਤਰ ਆ ਇਹ ਕਹਿੰਦੇ ਆ ਕਿ ਚਰਨ ਸਿੰਘ ਚੰਨੀ ਜਿਨ੍ਹਾਂ 2-4 ਵਿਧਾਇਕਾਂ ਨੂੰ ਟਿਕਟ ਦਿਵਾਉਣੀ ਚਾਹੁੰਦੇ ਸਨ ਉਹਨਾਂ ਉੱਤੇ ਜਿਹੜਾ ਕਾਫੀ ਵਿਰੋਧ ਹੋਇਆ ਕਿ ਇਹ ਜਿਹੜੇ 2-4 ਐਮ ਐਲ ਏ ਆ ਇਹ ਤਾਂ ਸਰਪ੍ਰਸਤੀ ਨਹੀਂ ਕਰ ਰਹੇ ਮਾਫੀਆ ਦੇ ਸਗੋਂ ਉਹਨਾਂ ਦੇ ਸਰਦਾਰ ਆ। ਪਰ ਚਰਨ ਸਿੰਘ ਚੰਨੀ ਦਾ ਉੱਥੇ ਅਜਿਹੇ ਵਿਧਾਇਕਾਂ ਦੀ ਟਿਕਟ ਦਿਵਾਉਣ ਲਈ ਅੜ ਜਾਣਾ ਉਹ ਉਹਨਾਂ ਦੇ ਜਿਹੜਾ ਉਸ ਵੇਲੇ ਆਪਾਂ ਕਹਿੰਦੇ ਰੈਪੂਟੇਸ਼ਨ ਆ ਉਹਨੂੰ ਲੈ ਕੇ ਵੀ ਉਸ ਵੇਲੇ ਕਾਫੀ ਚਰਚਾ ਹੋਈ। ਸੂਤਰ ਇਹ ਵੀ ਦੱਸਦੇ ਆ ਕਿ ਸੋਨੀਆ ਗਾਂਧੀ ਦੇ ਮੂਹਰੇ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕਾਫੀ ਰੌਲਾ ਪਿਆ ਅਤੇ ਉਹਦੇ ਵਿੱਚ ਵੀ ਇਹ ਗੱਲ ਚੱਲੀ ਕਿ ਪੰਜਾਬ ਵਿੱਚ ਮਾਫੀਆ ਦਾ ਰਾਜ ਆ। ਸੂਤਰ ਸਾਡੇ ਵੀ ਕਹਿੰਦੇ ਆ ਕਿ ਅਮਰਿੰਦਰ ਸਿੰਘ ਦੇ ਉਸ ਬਿਆਨ ਨੂੰ ਲੈ ਕੇ ਵੀ ਚਰਚਾ ਹੋਈ ਜਿਹਦੇ ਵਿੱਚ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜਦੋਂ ਉਹ ਸੋਨੀਆ ਗਾਂਧੀ ਨੂੰ ਇੱਕ ਵਾਰੀ ਸੂਚੀ 'ਤੇ ਕਹਿ ਸਕੇ ਕਿ ਉਹਨਾਂ ਦੀ ਵੱਡੀ ਗਿਣਤੀ ਵਿਧਾਇਕ ਜਿਹੜੇ ਆ ਉਹ ਰੇਤ ਮਾਫੀਆ ਫਸੇ ਹੋਏ ਆ ਜਾਂ ਟੋਟੀ ਜਿਹੜਾ ਮਾਫੀਆ ਆ ਉਹਦਾ ਸਰਗਣਾ ਆ ਤਾਂ ਉਹਨਾਂ ਨੇ ਕਿਹਾ ਸੀ ਕਿ ਸੋਨੀਆ ਗਾਂਧੀ ਨੇ ਹੀ ਉਹਨਾਂ ਨੂੰ ਇਸ਼ਾਰਾ ਕੀਤਾ ਸੀ
कि कांग्रसी विधायकों के खिलाफ जी कार्रवाई रोक दी जाए, कार्रवाई ना कर दी जाए। उन्होंने अमरिंदर सिंह ने यह भी कहा कि सोनिया गांधी ही उन्होंने कार्रवाई करने तो रोकते सन, जो आप कह लीए कि अमरिंदर सिंह जे अपनी सरकार के विधायकों के खिलाफ उस वे कार्रवाई कर देंगे तो वह सोनिया गांधी नाराजगी जी मुल नहीं लेना चाहते, जो आप कह लीए कि सरकार की बदनामी नहीं करवाना चाहते। अमरिंदर सिंह भी कहें कि हुण जदों इन्ना खलारा पै गया तो की बदनामी होने तो बचा हो गया। उन्होंने हुण अपना जिहड़ा पूरा जोर ला के इस वेले आप कह लीए कि कांग्रेस सरकार से हमले करने शुरू किए हुए आ, वो चरण सिंह चन्नी नूं बुरी तरह लपेट रहे आ। चरण सिंह चन्नी उत्ते उन्होंने की मीटू का इल्जाम नहीं चेते कराया, जो आप कह लीए कि उन्होंने उत्ते उन्होंने यह नहीं कहा कि जो 2018 उन्होंने एक बारी पंजाब का सर्वे किया हवाई जहाज राही ता भी उन्होंने जी एक फाइल तैयार की सी माफिया की, वो चरण सिंह चन्नी का नाम सब तो उत्ते बोलता सी। सो इस वेले जदों सारिया सियासी पार्टियां उलझिया हुई एक उत्ते दूजन दूषणबाजी कारण आप कह लीए कि कई पार्टियों का अंदरूनी कलेश आ, जां हुण ये कह लिए कि जदों काफ़ी कुछ सामने आ गया कि सरकारां जां सियासी लीडर जिहड़े आ ओह माफिया की सरदारी करदे आ, तां जिवें मैं जित्थों गल शुरू की सी गल उत्थे आके टुकदी आ ते मुकदी आ कि हुण मौका आ गया जदों साडे वोटरां नूं इह हक मिल गया कि जदों उन्हां कोले सियासी लीडर वोटां मंगण लई आउण तां ओह उन्हां नूं बाह मरोड़ के पुछण कि जिहड़ा कुछ तुसीं सारा खलारा पाया होया पंजाब च इह किद्दां समेटूंगे, जां कि वो अपने जिहड़े खजाने भरन की थां जां वो अपने जिहड़ी आ होर आपखुदरियां करन की थां कि वो उन्हां दे हितां दा ख्याल रखणगे। सो ये समां आ जिहड़ी पहल शुरू की आ इस वेले कच्चे बेरोजगार अध्यापकों ने की आ ते नाल ही उन्हां दे मुलाजम तुरे आ, पर असीं चाहुंदे आ कि तुसीं सारे जिहड़े रल के भी इस पासे नूं तुरो कि तुसीं इस वेले जो सियासी लीडर थोड़े घरां विच आउंदे आ उन्हां मूहरे तुसीं बौणे बन के ना रहो, जां उन्हां मूहरे तुसीं चुप करके गुंगे ना हो जाओ। इस वेले गेंद जिहड़ी तुहाडे पाले विच आ कि तुसीं उन्हां नूं दसो, इत्थों तक कि मैं पहलां शुरू किहा कि आवाज़ तां इह वी उठण लगी आ कि तुसीं अपना जिहड़ा चोण मैनूफेस्टो आ उन्हां मूहरे रखो कि साडियां तुसीं इह मंगां जिहड़ियां आ इह मंजूर करदे हो तां असीं तुहाडे नाल जिहड़ा मुड़ के तुरांगे, अदरवाइज़ असीं तुहाडे नाल जिहड़ी इह वोट पाउण लई तैयार नहीं, जां तुहानूं असीं अपना घर बढ़न नहीं देंगे। सो शुरुआत जिहड़ी आ उह कच्चे अध्यापकां ने की आ, मुलाजम उन्हां दे नाल हो तुरे आ। वधिया गल इह आ कि जे तुसीं सारे इस लहर का हिस्सा बन जावो तो घट्टो घट्ट हुण जदों तुहानूं मौका मिलिया तां तुसीं सियासी लीडर नूं जिहड़ा सबक आ सिखा सको, उन्हां नूं इस गल दा अहसास होवे कि जिहड़े लोक आ उह जाग पए आ, हुण असीं अपनी मर्जी नाल लोकां नूं वरत नहीं सकदे। आ मौका जिहड़ा तुहाडे हत्थ 25 साल लई आया, जे कहा इह वी जांदा कि जे इस बार मौका हत्थों खुंझ गया तो मुड़ के पंजाब के शायद जोड़े पैर आ नहीं लगने, क्योंकि जिम्मे किसान लीडर कह रहे हैं कि 2 साल बाद उन्होंने पंजाब जोड़ा आ डुबदा नज़र आ रहा। मैं ये कहना कि रब करे पंजाब जोड़ा आ हमेशा तरक्की वाल बधे, खुशहाली वाल बधे, मेरे इस पंजाब नज़र ना लगे। तुम अपना जोड़ा आ इस वेले अपना हक है जोड़ा वह डंके की चोट पर जोड़ा आ लो, डंके की चोट पर तुम जोड़ा फैसला करो कि तुसी किस पार्टी नूं किस उम्मीदवार नूं उहदे किरदार नूं सामने रख के वोट पाउणी आ। सो अज दा जिहड़ा खाल स्पैशल आ इहदे विच इन्ना ही काफ़ी, कल नूं मिलांगे एक नवें विशे ते नवीं चर्चा दे नाल, तद तक तुसी मैनूं कमलजीत सिंह बनोया तुहानूं दिओ इजाजत, सत श्री अकाल, शुक्रिया, मेहरबानी।